ATM ਚੋਂ ਪੈਸੇ ਕੱਢ ਕੇ ਬੈਂਕਾਂ ਨਾਲ ਲੱਖਾਂ ਰੁਪਏ ਦਾ ਫਰਾਡ ਕਰਨ ਵਾਲੇ ਮੁਲਜ਼ਮ ਨੂੰ ਫੜਨ ਦੇ ਲਈ ਪੱਛਮ ਬੰਗਾਲ ਦੀ ਪੁਲਿਸ ਨੇ ਲੁਧਿਆਣਾ 'ਚ ਛਾਪੇ ਮਾਰਿਆ ਜੀ ਹਾਂ ਲੁਧਿਆਣਾ ਦੇ ਵਿੱਚ ਛਾਪੇਮਾਰੀ ਕੀਤੀ ਜਾਂਦੀ ਹੈ ਪੁਲਿਸ ਨੇ ਥਾਣਾ ਹੈਬੋਲਦੀਨੋਂ ਦੇ ਚੰਦਰਨਗਰ 'ਚ ਛਾਪੇਮਾਰੀ ਕਰਕੇ ਜੋਨੀ ਗੋਇਲ ਨਾਮ ਦੇ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਪੂਰਾ ਮਾਮਲਾ ਕੀ ਹੈ ਇਹ ਵੀ ਦੱਸਿਆ ਪੱਛਮੀ ਬੰਗਾਲ ਦੀ ਪੁਲਿਸ ਟੀਮ ਦੇ ਨਾਲ ਸਾਈਬਰ ਸੈੱਲ ਲੁਧਿਆਣਾ ਦੇ ਨਾਲ ਚੌਂਕੀ ਜਗਰਪੁਰ ਜਗਤਪੂਰੀ ਦੀ ਪੁਲਿਸ ਵੀ ਸ਼ਾਮਲ ਰਹੀ ਜਾਣਕਾਰੀ ਮੁਤਾਬਕ ਜੋਨੀ ਗੋਇਲ ਖਿਲਾਫ ਪਹਿਲਾ ਵੀ ATM ਮਸ਼ੀਨ ਰਾਹੀਂ ਫਰਾਡ ਕਰਨ ਦੇ ਕੇਸਦਾਰ ਸੰਸਾਲ 2017 ਚ ਤਤਕਾਲੀ ਪੁਲਿਸ ਕਮਿਸ਼ਨਰ ਆਰ ਐਨ ਟੋਕੇ ਦੀ ਅਗਵਾਈ ਚ ਬੜੀ ਟੀਮ ਨੇ ਜੋਨੀ ਗੋਇਲ ਨਾਲ ਕੁਝ ਹੋਰ ਨੌਜਵਾਨਾਂ ਨੂੰ ਕਾਬੂ ਵੀ ਕੀਤਾ ਸੀ ਉਸ ਸਮੇਂ ਪਤਾ ਲੱਗਾ ਸੀ ਕਿ ਇਹ ਲੋਕ ਆਪਣੇ ਰਿਸ਼ਤੇਦਾਰਾਂ ਤੇ ਦੋਸਤਾਂ ਦੇ ਨਾਂ ਤੇ ਵੱਖ-ਵੱਖ ਬੈਂਕਾਂ ਦੇ ਵਿੱਚ ਖਾਤੇ ਖੋਲਦੇ ਨੇ ਖਾਤਿਆਂ 'ਚ ਨਗਦੀ ਜਮ੍ਹਾਂ ਕਰਦੇ ਨੇ ਇੱਕ ਵਾਰ ਡੈਬਿਟ ਕਾਰ ਮਿਲ ਜਾਣ ਤੋਂ ਬਾਅਦ ਉਹ ਏਟੀਐਮ ਨਾਲ ਡੈਬਿਟ ਕਾਰਡ ਦੀ ਵਰਤੋਂ ਕਰਕੇ ਨਗਦੀ ਖਡਵਾ ਲੈਂਦੇ ਨੇ ਏਟੀਐਮ ਮਸ਼ੀਨ 'ਚੋਂ ਪੈਸੇ ਨਿਕਲਣ ਤੋਂ ਤੁਰੰਤ ਬਾਅਦ ਮਲ ਮਸ਼ੀਨ ਬੰਦ ਕਰ ਦਿੰਦੇ ਸਨ ਉਦਰੀ ਕੱਢੀ ਗਈ ਨਕਦੀ ਬੈਂਕ ਦੇ ਰਿਕਾਰਡ ਚ ਨਹੀਂ ਆਈ ਇਸ ਤੋਂ ਬਾਅਦ ਮੁਲਜ਼ਮ ਅਸਫਲ ਲੈਣ ਦੇਣ ਬਾਰੇ ਬੈਂਕ ਨੂੰ ਸ਼ਿਕਾਇਤ ਕਰਦੇ ਅਤੇ ਬੈਂਕ ਖਾਤੇ 'ਚ ਨਕਦੀ ਜਮ੍ਹਾਂ ਕਰ ਦਿੰਦੇ ਸਨ ਅਜਿਹਾ ਕਰਕੇ ਮੁਲਜ਼ਮਾ ਨੇ ਲੱਖਾਂ ਦਾ ਫਰਾਡ ਕੀਤਾ ਸੀ ਹੁਣ ਵੀ ਪਤਾ ਲੱਗਾ ਹੈ ਕਿ ਜੋਨੀ ਗੋਇਲ ਆਪਣੇ ਹੋਰ ਨਾਲ ਸਾਥੀਆਂ ਨਾਲ ਪੱਛਮ ਬੰਗਾਲ 'ਚ ਏਟੀਐਮ ਦੇ ਜ਼ਰੀਏ ਬੈਂਕਰਾਂ ਦਾ ਫਰਾਡ ਕਰਦਾ ਸੀ ਪੱਛਮ ਬੰਗਾਲ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਪੱਛਮ ਬੰਗਾਲ ਦੇ ਵਿੱਚ ਉਸ ਦੇ ਖਿਲਾਫ ਆਈਪੀਸੀ ਦੇ ਧਾਰਾ 379 ਦੇ ਤਹਿਤ ਪਰਚਾ ਦਰਜ ਕੀਤਾ ਗਿਆ ਸੀ ਜਿਸ ਤੋਂ ਬਾਅਦ ਪੱਛਮ ਬੰਗਾਲ ਦੇ ਸਾਈਬਰ ਸੈੱਲ ਦੀ ਪੁਲਿਸ ਨੇ ਮੁਲਜ਼ਮ ਜੋਨੀ ਗੋਇਲ ਨੂੰ ਫੜਨ ਦੇ ਲਈ ਲੁਧਿਆਣਾ ਦੀ ਸਾਈਬਰ ਸੈੱਲ ਦੀ ਟੀਮ ਦੇ ਨਾਲ ਸੰਪਰਕ ਕੀਤਾ ਦੱਸਦੇ ਕਿ ਉਸ ਤੋਂ ਬਾਅਦ ਉਸ ਸੰਬੰਧੀ ਪੂਰੀ ਜਾਣਕਾਰੀ ਲੈ ਕੇ ਫਿਰ ਮੰਗਲਵਾਰ ਦੇ ਸ਼ਾਮ ਨੂੰ ਇੰਸਪੈਕਟਰ ਜਤਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਸਾਈਬਰ ਸੈੱਲ ਦੀ ਟੀਮ ਅਤੇ ਚੌਕੀ ਜਗਤਪੂਰੀ ਦੇ ਇੰਚਾਰਜ ਸੁਖਵਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਉਹਨਾਂ ਦੀ ਟੀਮ ਦੇ ਨਾਲ ਪੱਛਮ ਬੰਗਾਲ ਦੀ ਪੁਲਿਸ ਨੇ ਮੁਲਜ਼ਮ ਜੋਨੀ ਦੇ ਘਰ ਛਾਪੇਮਾਰੀ ਕਰਕੇ ਉਸ ਨੂੰ ਆਖਰਕਾਰ ਦਬੋਚ ਲਿਆ ਹਾਲਾਂਕਿ ਉਸ ਦੌਰਾਨ ਉਸਦੇ ਪਰਿਵਾਰ ਵਾਲਿਆਂ ਨੇ ਕਾਫੀ ਹੰਗਾਮਾ ਕੀਤਾ ਪਰ ਪੁਲਿਸ ਉਸ ਨੂੰ ਫੜ ਕੇ ਲੈ ਗਈ ਉਦਰੀ ਹੁਣ ਪੱਛਮ ਬੰਗਾਲ ਜਾਣ ਦੀ ਤਿਆਰੀ ਹੁਣ ਕੀਤੀ ਜਾ ਰਹੀ ਹੈ ਤਾਂ ਕਿ ਉਸ ਤੋਂ ਅਗਲੀ ਪੁੱਛ ਪੜਤਾਲ ਕੀਤੀ ਜਾ ਸਕੇ ਉਸਦੇ ਬਾਕੀ ਸਾਥੀਆਂ ਦਾ ਵੀ ਪਤਾ ਲਗਾਇਆ ਜਾ ਸਕੇ